ਹਸਪੀਟਲ ਦੇ ਬੈੱਡ ਤੇ ਪਿਆ ਇਹ ਬੱਚਾ ਚੌਥੀ ਕਲਾਸ ਦਾ ਵਿਦਿਆਰਥੀ ਹੈ ਤੇ ਇਸ ਦੇ ਮਾਪਿਆਂ ਨੇ ਇਲਜ਼ਾਮ ਲਾਏ ਨੇ ਕਿ ਇਸ ਬੱਚੇ ਨੂੰ ਇਸ ਦੇ ਅਧਿਆਪਕ ਨੇ ਹੀ ਬੁਰੀ ਤਰ੍ਹਾਂ ਕੁੱਟਿਆ, ਜਿਸ ਤੋਂ ਬਾਅਦ ਇਸ ਨੂੰ ਪਹਿਲਾਂ ਸਿਵਲ ਹਸਪੀਟਲ ਲਿਜਾਇਆ ਗਿਆ ਜਿੱਥੋਂ ਸਿਵਲ ਹਸਪੀਟਲ ਦੇ ਵੱਲੋਂ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਬੱਚਾ ਹਸਪੀਟਲ ਦੇ ਵਿੱਚ ਹੈ ਤੇ ਉਸਦੇ ਮਾਪਿਆਂ ਦਾ ਕਹਿਣਾ ਹੈ ਕਿ ਬੱਚਾ ਛੁੱਟੀਆਂ ਤੋਂ ਬਾਅਦ ਸਕੂਲ ਗਿਆ ਸੀ ਤੇ ਜਦੋਂ ਸਕੂਲ ਗਿਆ ਤਾਂ ਸਕੂਲ ਦੇ ਵਿੱਚ ਅਧਿਆਪਕ ਦੇ ਵੱਲੋਂ ਸਾਫ ਸਫਾਈ ਦਾ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਤੇ ਲੱਕੜਾਂ ਚੁਕਵਾਈਆਂ ਗਈਆਂ, ਜਿਸ ਤੋਂ ਬਾਅਦ ਵਿਦਿਆਰਥੀ ਨੇ ਘਰ ਆ ਕੇ ਦੱਸਿਆ ਕਿ ਉਹ ਸਕੂਲ ਨਹੀਂ ਜਾਵੇਗਾ, ਉੱਥੇ ਤਾਂ ਉਹਨਾਂ ਤੋਂ ਸਫਾਈ ਦਾ ਕੰਮ ਕਰਵਾਇਆ ਜਾਂਦਾ ਹੈ। ਪਰ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਬੱਚੇ ਨੂੰ ਸਮਝਾ ਕੇ ਦੁਬਾਰਾ ਸਕੂਲ ਭੇਜ ਦਿੱਤਾ ਗਿਆ, ਜਿੱਥੇ ਬੱਚੇ ਨੇ ਅਧਿਆਪਕ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਸ ਨੂੰ ਕਿਹਾ ਗਿਆ ਕਿ ਤੁਸੀਂ ਲੱਕੜਾਂ ਚੁੱਕੋ ਤਾਂ ਬੱਚੇ ਨੇ ਇਨਕਾਰ ਕਰ ਦਿੱਤਾ, ਜਿਸ ਤੋਂ ਗੁੱਸੇ ਦੇ ਵਿੱਚ ਆ ਕੇ ਅਧਿਆਪਕ ਨੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ। ਇਲਜ਼ਾਮ ਇਹ ਨੇ ਕਿ ਬੱਚੇ ਨੂੰ ਬਿਜਲੀ ਦੀ ਪਾਈਪ ਨਾਲ ਕੁੱਟਿਆ ਗਿਆ ਤੇ ਦੂਜੇ ਪਾਸੇ ਅਧਿਆਪਕ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਹਾਂ ਕੁੱਟਿਆ ਜ਼ਰੂਰ ਹੈ ਪਰ ਪਲਾਸਟਿਕ ਦੀ ਪਾਈਪ ਨਾਲ ਕਿੰਨੀ ਕੁ ਸੱਟ ਲੱਗਦੀ ਹੈ ਅਤੇ ਉਸਨੇ ਇਹ ਵੀ ਇਲਜ਼ਾਮ ਲਾ ਦਿੱਤੇ ਕਿ ਬੱਚਾ ਕੁੜੀਆਂ ਦੇ ਨਾਲ ਗਲਤ ਹਰਕਤਾਂ ਕਰਦਾ ਸੀ। ਹਾਲਾਂਕਿ ਬੱਚਾ ਸਿਰਫ ਚੌਥੀ ਦਾ ਵਿਦਿਆਰਥੀ ਹੈ ਤੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਜੋ ਹੁਣ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਹੈ। ਪਰਿਵਾਰ ਅਧਿਆਪਕ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ। ਤਾਂ ਦੱਸ ਦਈਏ ਕਿ ਫਰੀਦਕੋਟ ਤੋਂ ਇਹ ਖਬਰ ਸਾਹਮਣੇ ਆਈ ਹੈ। ਤਾਂ ਦੱਸ ਦਈਏ ਕਿ ਫਰੀਦਕੋਟ ਦੇ ਪਿੰਡ ਨਿਆਮੀ ਵਾਲਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਸਰਕਾਰੀ ਸਕੂਲ 'ਚ ਚੌਥੀ ਕਲਾਸ 'ਚ ਪੜ੍ਹਨ ਵਾਲੇ ਵਿਦਿਆਰਥੀ ਨੂੰ ਅਧਿਆਪਕ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਬੱਚੇ ਨੇ ਸਕੂਲ ਹੁਣ ਖੁੱਲੇ ਨੀ ਡੇਢ ਮਹੀਨੇ ਬਾਅਦ ਤੇ ਬੱਚਿਆਂ ਤੋਂ ਸਫਾਈ ਕਰਾਉਂਦੇ ਸੀ ਸਕੂਲ ਚ, ਦੋ ਦਿਨ ਤਾਂ ਬੱਚਾ ਕਰਦਾ ਰਹੀ ਸਫਾਈ ਤੇ ਬੱਚੇ ਨੂੰ ਚੱਕਰ ਆ ਗਿਆ ਸੀਗਾ ਜੀ। ਤੇ ਫਿਰ ਤੀਜੇ ਦਿਨ ਬੱਚਾ ਕਹਿੰਦਾ ਮੈਂ ਸਕੂਲ ਨਹੀਂ ਜਾਣਾ ਜੀ, ਮਤਲਬ ਕਿ ਗਰਮੀ ਬਹੁਤ ਜ਼ਿਆਦਾ, ਸਭ ਤੋਂ ਕੰਮ ਕਰਾਉਂਦੇ ਜੀ। ਤੇ ਅੱਜ ਮੈਂ ਬੱਚੇ ਦਾ ਪ੍ਰੈਸ਼ਰ ਪਾ ਕੇ ਬੱਚੇ ਨੂੰ ਭੇਜਤਾ ਜੀ ਸਕੂਲ, ਤੇ ਅੱਜ ਫਿਰ ਸਰ ਕਹਿੰਦੇ ਵੀ ਮਤਲਬ ਕਿ ਕੰਮ ਕਰੋ, ਡਲੇ ਚੁੱਕੋ, ਲੱਕੜਾਂ ਚੁੱਕੋ, ਘਾਹ ਕੱਟੋ, ਤੇ ਉਹਨੇ ਮਨਾ ਕਰਤੇ ਜੀ, ਉਹ ਕਹਿੰਦੇ ਮੈਂ ਨਹੀਂ ਕਰਨਾ ਜੀ। ਫਿਰ ਇਸੇ ਗੱਲੋਂ ਸਰ ਨੇ ਕੀਤੇ ਜੀ, ਪਹਿਲਾਂ 3 ਕੁ ਮਹੀਨੇ ਪਹਿਲਾਂ ਹੀ ਇਸੇ ਤਰ੍ਹਾਂ ਹੀ ਕੁੱਟਿਆ ਸੀ ਸਰ ਨੇ, ਤੇ ਮੈਂ ਸਕੂਲ 'ਚ ਗਈ ਸੀ, ਸਰ ਕਹਿੰਦੇ ਮੇਰੇ ਤੋਂ ਗਲਤੀ ਹੋ ਗਈ, ਅੱਜ ਤੋਂ ਬਾਅਦ ਮੈਂ ਨਹੀਂ ਕੁਛ ਕਹਿੰਦਾ, ਤੇ ਅੱਜ ਫਿਰ ਹੀ ਪਹਿਲਾਂ ਉਹੀ ਗੱਲ। ਬੱਚਾ ਮਤਲਬ ਸਹਿਮਿਆ ਜਿਹਾ ਪਿਆ ਜੀ ਕੁਛ, ਹਾਂਜੀ ਇੱਕ ਬੱਚੇ ਤੋਂ ਬੈਠਿਆ ਨਹੀਂ ਜਾਂਦਾ ਜੀ, ਬੈਂਚ 'ਤੇ ਪਾ ਕੇ ਜੀ। ਹਾਂਜੀ ਕੀ ਮੰਗ ਕਰਦਾ ਜੀ? ਬਸ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ, ਬਣਦੀ ਕਾਰਵਾਈ ਹੋਣੀ ਚਾਹੀਦੀ ਜੀ ਉਹਨਾਂ ਦੇ। ਮੈਂ ਜੀ RMP ਡਾਕਟਰ ਬਲਜਿੰਦਰ ਸਿੰਘ ਜੀ। ਕੀ ਗੱਲ ਹੋਈ ਹੈ ਬੱਚੇ ਦੇ ਨਾਲ? ਇਹ ਗੱਲ ਸਰ ਇਹ ਨਾ ਬੱਚਾ ਮਤਲਬ ਪੜ੍ਹਦਾ ਚੌਥੀ ਜੀ, 7 ਸਾਲ ਦਾ ਬੱਚਾ ਜੀ, ਇਹਦੇ ਫਾਦਰ ਦੀ ਡੈਥ ਹੋਈ ਵੀ ਆ ਜੀ, ਅਤੇ ਇਹਦੀ ਮਦਰ ਹੀ ਉਹਨੂੰ ਕਰਦੀ ਹੈ ਕੇਅਰ ਸਾਰਾ ਉਹਦਾ। ਅਤੇ ਸਕੂਲ ਗਿਆ ਜੀ, ਸਰਕਾਰੀ ਸਕੂਲ ਹੈਗਾ ਜੀ ਉੱਥੇ, ਪਿੰਡ ਹੀ ਸਕੂਲ ਆਪਣੇ ਜੀ, ਅਤੇ ਉੱਥੇ ਇਹਨਾਂ ਨਾਲ ਮਤਲਬ ਸਕੂਲ ਖੁੱਲ੍ਹੇ ਆ ਹੁਣ ਛੁੱਟੀਆਂ ਕਰਕੇ ਜੀ, ਅਤੇ ਬੱਚੇ ਨੂੰ ਕਹਿੰਦੇ ਵੀ ਤੁਸੀਂ ਕੰਮ ਕਰੋ, ਇੱਟਾਂ ਚੱਕੋ ਅਤੇ ਮਤਲਬ ਘਾਹ ਪੱਟੋ ਅਤੇ ਲੱਕੜਾਂ ਵੀ ਉਹ ਚੱਕੋ। 2 ਦਿਨ ਦਾ ਬੱਚਾ ਕਰਦਾ ਰਿਹਾ ਜੀ, 1 ਦਿਨ ਗੇੜਾ ਖਾ ਕੇ ਡੈਗ ਪਿਆ ਉੱਥੇ ਘਰ ਆ ਕੇ ਜੀ, ਇਹਨੂੰ ਦੱਸਿਆ ਕਹਿੰਦਾ ਮੈਂ ਤਾਂ ਸਕੂਲ ਨਹੀਂ ਜਾਣਾ ਇਸ ਤੋਂ ਬਾਅਦ ਜੀ, ਅਤੇ ਕੱਲ੍ਹ ਨਹੀਂ ਸਕੂਲ ਗਿਆ, ਅੱਜ ਜੀ ਬੁਲਾ ਕੇ ਫਿਰ ਭੇਜਿਆ, ਜਦੋਂ ਬੁਲਾ ਕੇ ਭੇਜਿਆ ਅਤੇ ਉੱਥੇ ਜਾ ਕੇ ਅੱਜ ਫਿਰ ਕਹਿੰਦਾ ਤੂੰ ਕੰਮ ਕਰ ਰਿਹਾ, ਕਹਿੰਦਾ ਵੀ ਮੇਰੇ ਘਰਦਿਆਂ ਨੇ ਕਿਹਾ ਵੀ ਮੈਂ ਕੰਮ ਨਹੀਂ ਕਰਨਾ, ਮੈਂ ਚੱਕਰ ਆਉਂਦੇ ਆ, ਅਤੇ ਚੱਕ ਕੇ ਜਦੋਂ ਉਹਨੂੰ ਬੈਡ ਉੱਥੇ ਪਾ ਕੇ, ਜਿਹੜਾ ਬੈਂਚ ਹੁੰਦਾ ਜੀ ਸਕੂਲ 'ਤੇ, ਉੱਥੇ ਪਾ ਕੇ ਅਤੇ ਪੈਪ ਨਾਲ ਕੁੱਟਿਆ ਜੀ ਉਹਨੂੰ। ਕੀ ਹਾਲਾਤ ਬੱਚੇ ਦੇ? ਹਾਲਾਤ ਤਾਂ ਕਾਫੀ ਆ, ਪਹਿਲਾਂ ਜੈਤੋ ਗਏ ਸੀ, ਜੈਤੋ ਨੇ ਰੈਫਰ ਕਰਤਾ, ਕੋਲ ਕੇ ਕੋਟ ਰੈਫਰ ਕਰਤਾ ਜੀ, ਹਾਂਜੀ ਬੈਠਾ ਨਹੀਂ ਜਾਂਦਾ ਜੀ, ਕਾਫੀ ਨੀਲ ਪਏ ਆ ਜੀ ਉਹ ਤੋਂ।
ਪਹਿਲਾਂ ਵੀ ਕਦੀ ਕੁੱਟਿਆ? ਪਹਿਲਾਂ ਦੋ ਵਾਰੀ ਕੁੱਟਿਆ ਜੀ, ਪਹਿਲਾਂ ਅਸੀਂ ਦੋ ਵਾਰੀ ਕਿਹਾ ਤਾਂ ਚੱਲ ਕੋਈ ਨਹੀਂ ਬੱਚੇ ਪੜ੍ਹਾਉਂਦੇ ਆ, ਟੀਚਰ ਕੁੱਟਦੇ ਹੁੰਦੇ ਆ ਜੀ, ਪਰ ਅੱਜ ਤੀਜੀ ਵਾਰ ਉਸੇ ਟੀਚਰ ਨੇ ਫਿਰ ਕੁੱਟਿਆ ਜੀ। ਕੀ ਨਾਂ ਕੀ ਟੀਚਰ ਆ ਤੁਹਾਨੂੰ ਪਤਾ? ਜਸਵਿੰਦਰ ਸਿੰਘ ਆ ਜੀ। ਸੁਰਿੰਦਰ? ਜਸਵਿੰਦਰ ਜੀ। ਸੁਰਿੰਦਰ? ਹਾਂਜੀ ਹਾਂਜੀ। ਸਾਡੇ ਟੀਚਰ ਆ ਜੀ ਵੈਸੇ ਕਲਾਸ? ਨਹੀਂ ਉਹ ਮਤਲਬ ਚੌਥੀ ਨੂੰ ਪੜ੍ਹਾਉਂਦਾ ਜੀ। ਹਾਂਜੀ ਹਾਂਜੀ ਹਾਂਜੀ। ਸਾਡੇ ਬੇਟਾ ਸਕੂਲ ਗਿਆ ਸੀਗਾ, ਸਕੂਲ 'ਚ ਪਹਿਲਾਂ ਦੋ ਦਿਨ ਜਾਂਦਾ ਰਿਹਾ, ਡਰਦਾ ਗਿਆ ਨਹੀਂ, ਇੱਕ ਦਿਨ ਗਿਆ ਸੀ, 3 ਦਿਨ ਹੀ ਹੋਇਆ ਜੀ ਸਕੂਲ ਲੱਗੇ ਨੂੰ। ਬਾਅਦ 'ਚ ਉਹ ਕਹਿੰਦਾ ਮੈਂ ਕੰਮ ਕਰਾਉਂਦਾ ਜੀ ਬੱਚਿਆਂ ਤੋਂ, ਅਤੇ ਇਹਨੇ ਮਨਾ ਕਰਤਾ ਜੀ, ਅਤੇ ਉਹਨੇ ਫੜ ਕੇ ਮੇਜ਼ 'ਤੇ ਪਾ ਕੇ ਕੁੱਟਿਆ, ਰੋਡ ਨਾਲ ਕੁੱਟਿਆ। ਕਿੰਨੇ ਕੁੱਟਿਆ? ਔਰ ਬੱਚਾ ਕਿਹੜੀ ਕਲਾਸ 'ਚ ਪੜ੍ਹਦਾ? ਚੌਥੀ ਜਮਾਤ 'ਚ ਪੜ੍ਹਦਾ ਜੀ। ਅਤੇ ਕੁੱਟਿਆ ਕਿਹਨੇ? ਜਸਵਿੰਦਰ ਸਿੰਘ ਮਾਸਟਰ, ਹੈੱਡ ਮਾਸਟਰ ਹੈ ਜੀ। ਉਹਨਾਂ ਨੇ ਕੁੱਟਿਆ? ਹਾਂਜੀ। ਅਤੇ ਕੀ ਕੰਮ ਕੀ ਕਰਾਉਂਦੇ ਸੀ ਸਕੂਲ 'ਚ? ਕੰਮ ਘਾਹ ਕੁਪਟਾਉਂਦੇ ਸੀ ਅਤੇ ਡਰ ਡੂਏ ਚੁਕਾਉਂਦੇ ਸੀ। ਠੀਕ ਹੈ। ਅੱਛਾ, ਤਾਂ ਨਹੀਂ ਸੀ ਗਿਆ ਸਕੂਲ? ਹਾਂਜੀ, 2 ਦਿਨ ਤਾਂ ਡਰਦਾ ਗਿਆ ਨਹੀਂ, ਅੱਜ 3 ਦਿਨ ਗਿਆ ਸੀ। ਅਤੇ ਅੱਜ ਇਹਨਾਂ ਨੇ ਇਹਨੇ ਮਨਾ ਕਰਤਾ ਹੋਣਾ ਜੀ, ਬਾਕੀ ਡਲੇ ਡੁਲੇ ਚੱਕਣ ਲੱਗੇ ਤਾਂ ਵਿੱਚ ਸੱਪ ਨਿਕਲਿਆ ਜੀ, ਇਹਦਾ ਬੱਚਾ ਤਾਂ ਆ ਜਾਂਦਾ ਸੀ ਕੋਲ ਜੀ। ਮਤਲਬ ਪਹਿਲਾਂ ਵੀ ਕਿਤੇ ਕੁੱਟਮਾਰ ਕੀਤੀ? ਹਾਂਜੀ, ਪਹਿਲਾਂ ਵੀ 2-3 ਵਾਰੀ ਹੋਇਆ, 3ਜਾ ਚਾਂਸ ਹੋ ਗਿਆ। ਇੱਕ ਟੀਚਰ? ਹਾਂਜੀ, ਇਸੇ ਨੂੰ 2-3 ਬੱਚੇ ਅੱਗੇ ਵੀ ਇਹਨੇ ਕੁੱਟਿਆ ਜੀ। ਉਹ ਕੀ ਮੰਗ ਕਰਦੇ ਤੁਸੀਂ? ਅਸੀਂ ਤਾਂ ਇਹੀ ਹੋਣਾ ਚਾਹੀਦਾ, ਇਨਸਾਫ ਸਾਨੂੰ ਮਿਲਣਾ ਚਾਹੀਦਾ, ਇਹ ਕੁੱਟਦਾ ਕਾਸ ਤੋਂ ਕੀ ਗੱਲ ਹੈ ਜੀ।